ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪ ਸਾਹਿਬ ਨਾਲ ਇੱਕ ਉਸ ਮੁੱਦੇ 'ਤੇ ਗੱਲ ਕਰ ਰਿਹਾ ਜੋ ਕਿ ਸੋਸ਼ਲ ਮੀਡੀਆ 'ਤੇ ਦੇਖਿਆ ਅਤੇ ਬਹੁਤ ਹੀ ਮਨ ਨੂੰ ਦੁੱਖ ਲੱਗਾ। ਇਹ ਇਕੱਲੇ ਸਾਡੇ ਮਨਾਂ ਨੂੰ, ਜਿਹੜਾ ਵੀ ਗੁਰੂ ਮਹਾਰਾਜ ਦੇ ਉੱਪਰ ਸ਼ਰਧਾ ਰੱਖਦਾ ਹੈ। ਅੱਜ ਇੱਕ ਐਮਾਜ਼ੋਨ ਕੰਪਨੀ ਆ ਜੋ ਕਿ ਵਰਲਡ ਦੀ ਸਭ ਤੋਂ ਟੌਪ ਦੀ ਕੰਪਨੀ ਆ, ਸੇਲ ਪਰਚੇਜ ਦੇ ਵਿੱਚ ਅਤੇ ਮਾਰਕੀਟਿੰਗ ਦੇ ਵਿੱਚ ਉਹਦਾ ਨਾਮ ਆ। ਉਹਦੇ ਜਿਹੜੀ ਪ੍ਰੋਡਕਟਸ ਵੇਚਣ ਵਾਲੇ ਨੇ, ਇੱਕ ਟੋਇਲਟ ਸੀਟ ਅਤੇ ਇੱਕ ਬਾਥਰੂਮ ਦੇ ਜਿਹੜੇ ਅੱਗੇ ਡੋਰ ਮੈਟਸ ਆ, ਉਹਨਾਂ ਦੇ ਉੱਪਰ ਸਾਡੇ ਪਾਵਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਜਿਹੜੀ ਫੋਟੋ ਆ ਉਹ ਛਾਪੀ ਗਈ ਹੈ। ਇਹ ਜਿਹੜਾ ਅਸਥਾਨ ਹਰਿਮੰਦਰ ਸਾਹਿਬ ਹੈ, ਇਕੱਲੇ ਸਿੱਖਾਂ ਵਾਸਤੇ ਨਹੀਂ, ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ। ਸਾਰੇ ਸੰਸਾਰ ਦੇ ਵਿੱਚੋਂ ਲੋਕ ਇੱਥੇ ਆ ਕੇ ਨਮਸਤਕ ਹੁੰਦੇ ਨੇ। ਅਸੀਂ ਜਿੱਥੇ ਅਮੈਰੀਕਾ 'ਚ ਖਾਸ ਤੌਰ 'ਤੇ ਵੱਸਦੇ, ਆਪਣੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਉੱਥੋਂ ਜਾ ਕੇ ਜਿਹੜੀ ਕੰਪਨੀ ਦੇ ਹੈੱਡਕੁਆਰਟਰ ਦੇ ਵਿੱਚ ਵੀ ਇਸ ਚੀਜ਼ ਦਾ ਇਸ਼ੂ ਚੱਕਿਆ ਜਾਵੇ। ਇਸ ਤੌਰ 'ਤੇ SGPC ਵੱਲੋਂ ਵੀ ਲੀਗਲ ਨੋਟਿਸ ਦਿੱਤੇ ਜਾਂ ਹੋਰ ਵੀ ਜਿਹੜਾ ਉਪਰਾਲਾ, ਤਾਂ ਜੋ ਕੰਪਨੀ ਨੇ ਜਿਹੜੀ ਇਹ ਗਲਤ ਚੀਜ਼ ਛਾਪ ਕੇ ਮਾਰਕੀਟ ਦੇ ਵਿੱਚ ਜਿਹੜੀ ਭੇਜੀ ਆ, ਜਿੱਥੇ ਸਿੱਖ ਭਾਵਨਾ ਅਤੇ ਹਰ ਇੱਕ ਇਨਸਾਨ ਦੇ ਮਨ ਨੂੰ ਇਹ ਬੜੀ ਠੇਸ ਪਹੁੰਚਦੀ ਹੈ। ਸੋ ਲੀਗਲ ਕਾਰਵਾਈ ਵੀ ਨਾਲ ਚੱਲੂ। ਜੇ ਇਹ ਕੰਪਨੀ ਨੇ ਨਾ ਮਾਫ਼ੀ ਮੰਗੀ ਅਤੇ ਜਿਹੜੇ ਪ੍ਰੋਡਕਟਸ ਮਾਰਕੀਟ ਦੇ ਵਿੱਚ ਜਿੰਨੇ ਵੀ ਉਹਨਾਂ ਨੇ ਦਿੱਤੇ ਨੇ, ਉਹ ਇਸ ਫੋਟੋ ਵਾਲੇ ਵਾਪਸ ਨਾ ਮੰਗਾਏ, ਅਤੇ ਇਹਦੇ ਆਉਣ ਵਾਲੇ ਸਮੇਂ 'ਚ ਹੋਰ ਵੀ ਅਸੀਂ ਪ੍ਰੋਟੈਸਟ ਕਰਾਂਗੇ ਇਸ ਕੰਪਨੀ ਦੇ ਖਿਲਾਫ਼। ਸੋ ਮੈਂ ਅਮੈਰੀਕਾ ਰਹਿੰਦੇ ਖਾਸ ਜਿਹੜੇ ਵੀਰ ਨੇ, ਖਾਸ ਤੌਰ 'ਤੇ ਜਿੱਥੇ ਇਹਦਾ ਹੈੱਡਕੁਆਰਟਰ ਹੈ, ਉੱਥੋਂ ਤੱਕ ਮੇਰੀ ਇਹ ਵੀ ਗੱਲ ਪਹੁੰਚੇ। ਅਸੀਂ